बसमिल वसलम या सईद या रसूल वालि कहा वहबी कया सईद या हबी बल्ला मेरे मोहतरम भाई सूफ़ी शहाबुद्दीन शहाब सैफी का मराज के हवाले से लिखा हुआ खूबसूरत कलाम पेश खिदमत है कि रब शब असरा रब फरमान लगा मेरे कोल जाने जान बहार आ जा तेरा रब खुद अरश अजीम उत तेरा कर दजज़ार आ जा ਤੇਰੇ ਵਾਸਤੇ ਅਰਸ਼ ਨੂੰ ਫਰਸ਼ ਕੀਤਾ ਸਾਰੇ ਨੂਰੀਆਂ ਦੇ ਤਾਜਦਾਰ ਆਜਾ ਪਰਦੇ ਚੁੱਕ ਕੇ ਤੇਰੇ ਲਈ ਮੈਂ ਬੈਠਾ ਆਜਾ ਲੰਘ ਕੇ ਅਰਸ਼ ਤੋਂ ਪਾਰ ਆਜਾ ਮੇਰੇ نبی ਹਬੀਬ ਰਸੂਲ ਉਮੀ ਆਜਾ ਕੋਲ ਆਜਾ ਕੋਈ ਅੱਜ ਪਿਆਰ ਦੀ ਗੱਲ ਕਰੀਏ ਜਿਵੇਂ ਤੇਰੇ ਗੁਲਾਮਾਂ ਨੂੰ ਬਖਸ਼ਣਾ ਹੈ ਇਕੱਲੇ ਬੈਠ ਕੇ ਕੋਲ قرار ਕਰੀਏ ਜਦੋਂ ਪਹੁੰਚੇ ਹਜ਼ੂਰ ਸੀ ਅਰਸ਼ ਉੱਤੇ ਨੂਰੀ ਖੜੇ ਸਣ ਸਾਰੇ ਕਤਾਰ ਦੇ ਵਿੱਚ ਦੁਲਾ ਅਰਸ਼ ਦਾ ਅਰਸ਼ ਤੇ ਆਣ ਵਾਲਾ ਹੈ ਸਣ ਉਹ ਬੇਤਾਬ ਇੰਤਜ਼ਾਰ ਦੇ ਵਿੱਚ ਲਬਾਂ ਉਤੇ ਸਜਾ ਕੇ ਸਲਾਮ ਸਾਰੇ ਖੜੇ ਸਾਰੇ ਸਣ ਆਪ ਦੇ ਪਿਆਰ ਦੇ ਵਿੱਚ ਕੰਬਲ ਪੋਛ ਨੇ ਜਦੋਂ ਨਕਾਬ ਚੁਕਿਆ ਜਾ ਕੇ ਬਾਰਗਾਹ ਪਰਵਰਦੀਗਾਰ ਦੇ ਵਿੱਚ ਲਾ ਮਕਾਨ ਦੀ ਜੂ ਵਿੱਚ ਰੱਬ ਜਾਣੇ ਕੀ ਕੀ ਕਰਮ ਹੋਇਆ ਕੀ ਕੀ ਬਾਤ ਹੋ ਗਈ ਇਨਾਂ ਸੁਣਿਆ ਸ਼ਹਾਬ ਆਲਮਾ ਤੋਂ ਕਿਨੀਆਂ ਸਦੀਆਂ ਦੀ ਖਬਰ ਰਾਤ ਹੋ ਗਈ ਅੱਲਾ ਪਾਕ ਦੇ ਅਰਸ਼ ਨੇ ਅਰਜ਼ ਕੀਤੀ ਜ਼ਰਾ ਕਰਲਾ ਹੋਰ ਦੀਦਾਰ ਰੁਕ ਜਾ जिब्राईल ਤੇ ਨਿਤ ਦੀਦਾਰ ਕਰਦਾ ਹੈ ਮੇਰੇ ਵਾਸਤੇ ਰੱਬ ਦੇ ਯਾਰ ਰੁਕ ਜਾ ਤੇਰਾ ਫੇਰੇ ਹੋਣੀਆਂ ਫੇਰ ਫੇਰੇ ਹੋਣੀਆਂ ਕਦੋਂ ਨਸੀਬ ਘੜੀਆਂ ਬਣ ਕੇ ਖੜੇ ਨੇ ਨੂਰੀ ਕਤਾਰ ਰੁਕ ਜਾ ਸਣੇ ਫਲਕ ਸਿਤਾਰਿਆਂ ਅਰਜ਼ ਕੀਤੀ ਸਾਡੇ ਵਾਸਤੇ ਘੜੀਆਂ ਚਾਰ ਰੁਕ ਜਾ ਦਿੱਤਾ ਸੋਹਣੇ ਜਵਾਬ तमाम ਸੁਣ ਲਓ ਮੇਰਾ ਜਿਵੇਂ ਤੁਹਾਨੂੰ ਇੰਤਜ਼ਾਰ ਰਹਿੰਦਾ ਉਵੇਂ ਵੇਖੋ ਸ਼ਹਾਬ ਜ਼ਮੀਨ ਉਤੇ ਮੇਰੀ ਤਕਦਾ ਰਾ ਹਰ ਇੱਕ ਯਾਰ ਰਹਿੰਦਾ ਜੰਨਤ ਰੱਬ ਦੀ ਸੋਹਣੇ ਨੂੰ ਅਰਜ਼ ਕਰਦੀ ਕਦੋਂ ਸੋਹਣਿਆ ਫੇਰ ਤੂੰ ਆਵਣਾ ਏ ਤੇਰੇ ਆਇਆਂ ਤੇ ਲੱਗੇ ਨੇ ਭਾਗ ਮੈਨੂੰ ਮੇਰਾ ਕਦੋਂ ਫੇਰ ਭਾਗ ਜਗਾਵਣਾ ਏ ਤੇਰੇ ਲਈ ਗਿਲਮਾਨ ਵੀ ਤੜਪਦੇ ਨੇ ਕਦੋਂ ਫੇਰ ਦੀਦਾਰ ਕਰਾਵਣਾ ਏ ਮੈਨੂੰ ਹਸ਼ਰ ਦੇ ਤੀਖ ਖੁਦਾ ਮੇਰੇ ਤੇਰੇ ਨੌਕਰਾਂ ਲਈ ਸਜਾਵਣਾ ਏ ਜੰਨਤ ਤਾਈਂ ਹਜ਼ੂਰ ਫਰਮਾਨ ਲੱਗੇ ਜੰਨਤ ਤਾਈਂ ਹਜ਼ੂਰ ਫਰਮਾਨ ਲੱਗੇ ਤੈਨੂੰ ਸ਼ੋਰ ਮਚਾਣ ਦੀ ਲੋੜ ਕੋਈ ਨਹੀਂ ਤੇਰੇ ਲਈ ਵੀ ਰਹਿਮਤ ਸ਼ਹਾਬ ਹਾਂ ਮੈਂ ਮੁਰਮੁਰ ਤਰਲੇ ਪਾਣ ਦੀ ਲੋੜ ਕੋਈ ਨਹੀਂ